ਸਤ ਸ਼੍ਰੀ ਅਕਾਲ ਜੀ ਸਿੰਘ ਵੱਲੋਂ ਸਾਰਿਆਂ ਨੂੰ ਹੋਰ ਸਾਰੇ ਕਿਵੇਂ ਠੀਕ ਠਾਕ ਹੋ ਮੈਂ ਤੁਹਾਡਾ ਆਪਣਾ ਜਲਦੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਅੱਜ ਆਪਾਂ ਚੱਲੇ ਹਾਂ ਚੰਡੀਗੜ੍ਹ ਚੰਡੀਗੜ੍ਹ ਕਿਉਂ ਚੱਲੇ ਹਾਂ ਇੱਕ ਤਾਂ ਜਿੰਨਾਂ ਕੋਲ ਆਪਾਂ ਗੱਡੀ ਇਨਵੈਸਟਮੈਂਟ ਕਰਨੀ ਦਿੱਤੀ ਹੋਈ ਹੈ ਆਪਣਾ ਮੋਡੀਫਾਈ ਉਹਦੇ ਵਾਸਤੇ ਚੱਲੇ ਉਹ ਸਮਾਨ ਆਪਣੇ ਕੋਲ ਇੱਥੇ ਹੀ ਅਜੇ ਹਜੇ ਉਹ ਸਮਾਨ ਲੈ ਕੇ ਆਵਾਂਗੇ ਅੱਜ ਸਿੱਧਾ ਪਹਿਲਾਂ ਉੱਥੇ ਹੀ ਜਾਵਾਂਗੇ ਫਿਰ ਜਾਵਾਂਗੇ ਘਰ ਨੂੰ ਅਤੇ ਬਾਕੀ ਕੀ ਕਹਿੰਦੇ ਆ ਬਾਕੀ ਜੋ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ ਗੈਰੀ ਧਾਲੀਵਾਲ ਬਾਈ ਜਿੰਨਾਂ ਨਾਲ ਆਪਣਾ ਗਾਣਾ ਆਇਆ ਓਵਰ ਡਰਿੰਕ ਉਹ ਜੇ ਗੁਰਦਾਸਪੁਰ ਨਾ ਗਏ ਹੋਏ ਤਾਂ ਅੱਜ ਫਿਰ ਉਹਨਾਂ ਨੂੰ ਜ਼ਰੂਰ ਮਿਲਾਂਗੇ ਹੈ ਨਾ ਅਤੇ ਬਾਕੀ ਅੱਜ ਆਵਾਜ਼ ਗਲਾ ਬੈਠਾ ਪਿਆ ਆ ਤੁਹਾਨੂੰ ਪਤਾ ਲੱਗਣ ਹੀ ਦਿਆ ਹੋਣਾ ਜ਼ੋਰ ਬਹੁਤ ਲੱਗਣ ਦਿਆ ਬੋਲਣ ਲੱਗੇ ਅਤੇ ਬਾਕੀ ਹੁਣ ਚੱਲਦੇ ਹਾਂ ਅਤੇ ਬਾਕੀ ਹੋਪ ਕਰਦਾ ਤੁਸੀਂ ਇੰਜੋਏ ਕਰਦੇ ਹੋਵੋਗੇ ਨਾਲ ਜੁੜੇ ਰਹੋ ਅਤੇ ਵੇਖਦੇ ਰਹੋ ਮਿਲਦੇ ਤੁਹਾਨੂੰ ਅੱਗੇ ਜਾ ਕੇ ਓਕੇ ਜੀ ਬਾਕੀ ਸਾਡੀ ਕਿਸਮਤ ਵਿੱਚ ਅੱਧੀ ਜ਼ਿੰਦਗੀ ਦਾ ਫਾਟਕ ਨਹੀਂ ਖਾਲੀ ਆ ਤੁਸੀਂ ਵੇਖ ਹੀ ਸਕਦੇ ਹੋ ਹੈ ਨਾ ਅਤੇ ਪਤਾ ਨਹੀਂ ਹੁਣ ਕਿੰਨਾ ਕੁ ਟਾਈਮ ਲਊਗੀ ਕੀ ਹਿਸਾਬ ਕਿਤਾਬ ਆ ਕੀ ਨਹੀਂ ਆ ਬਾਕੀ ਚਲੋ ਤੁਸੀਂ ਇੰਜੋਏ ਕਰਿਓ ਮਿਲਦੇ ਰਹੇ ਮਿਲਦੇ ਰਹਾਂਗੇ ਆਪਾਂ ਤੁਹਾਨੂੰ ਓਕੇ ਜੀ ਲਓ ਜੀ ਗਾਈਜ਼ ਤੁਰ ਪਏ ਆਪਾਂ ਆਪਣੇ ਪਿੰਡੋਂ ਤੁਰਿਆ ਨੂੰ ਤਾਂ ਕਾਫੀ ਚਿਰ ਹੋ ਗਿਆ ਸੀ ਪਰ ਮੈਨੂੰ ਇੱਕ ਫੋਨ ਆ ਗਿਆ ਸੀ ਜਿਵੇਂ ਹੀ ਮੈਂ ਮੰਡੀ ਤੋਂ ਬਾਹਰ ਨਿਕਲਿਆ ਉਗਲਾਣੇ ਤੋਂ ਫਿਰ ਵਾਪਸ ਜਾਣਾ ਪੈ ਗਿਆ ਕੋਈ ਜ਼ਰੂਰੀ ਕੰਮ ਸੀ ਬਹੁਤ ਜ਼ਿਆਦਾ ਵਾਪਸ ਜਾਣਾ ਪੈ ਗਿਆ ਹੁਣ 2 ਘੰਟੇ ਇੱਥੇ ਹੀ ਲੱਗ ਗਏ ਆ ਹੁਣ ਤੁਰੇ ਹਾਂ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਜੀ 2:15 ਵਜੇ ਤੁਰੇ ਹਾਂ 7 ਵਜੇ ਤੱਕ ਖੁੱਲ੍ਹਾ ਹੁੰਦਾ ਆ ਹਾਈਬ੍ਰਿਡ ਵਾਲਿਆਂ ਦਾ ਆਫਿਸ ਉਸ ਤੋਂ ਪਹਿਲਾਂ ਪਹੁੰਚਣਾ ਬਸ 4 ਘੰਟੇ ਦਾ ਗੂਗਲ ਮੈਪ 'ਤੇ ਰਸਤਾ ਦਿਖਾ ਰਿਹਾ ਅਤੇ ਬਾਬਾ ਸੁੱਖ ਰੱਖੇ ਆਪਾਂ ਪਹਿਲਾਂ ਹੀ ਪਹੁੰਚ ਜਾਂਗੇ ਟਾਈਮ 'ਤੇ ਚਲੋ ਮਿਲਦੇ ਹਾਂ ਤੁਹਾਨੂੰ ਹੁਣ ਅੱਗੇ ਜਾ ਕੇ ਵਾਹ ਜੀ ਵਾਹ ਕਿਆ ਘੈਂਟ ਮੌਸਮ ਹੋਇਆ ਪਿਆ ਬੱਲੇ 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 ਸਵਾਦ ਹੀ ਆ ਗਿਆ ਤੁਸੀਂ ਅੱਜ ਵੈਦਰ ਇੰਜੋਏ ਕਰੋ ਆਹ ਮੀਂਹ ਪੈਂਦਾ ਹੋਣਾ ਮੈਨੂੰ ਲੱਗਦਾ ਅੱਗੇ ਪੱਕਾ ਕਿਤੇ ਲਓ ਜੀ ਗਾਈਜ਼ ਮੈਂ ਕਿਹਾ ਸੀ ਨਾ ਅੱਗੇ ਮੀਂਹ ਪੈਂਦਾ ਹੋਣਾ ਬਸ ਨਰਵਾਣੀ ਪੈਣ ਲੱਗ ਗਿਆ ਮੀਂਹ ਪੂਰਾ ਤੇਜ਼ ਮੀਂਹ ਆ ਬੱਲੇ 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 ਕਿੰਨਾ ਤੇਜ਼ ਮੀਂਹ ਆ ਆਹ ਪਿੱਛੇ ਜੇ ਇੱਕ ਨਾਲਾ ਜਿਹਾ ਲੰਘਦਾ ਆ ਪੂਰੇ ਭਰਿਆ ਪਿਆ ਸੀ ਇੱਥੇ ਵੀ ਪਾਣੀ ਬੜਾ ਆਇਆ ਸੀ ਜਦੋਂ ਪੰਜਾਬ ਦੇ ਪਿੱਛੇ ਪਾਣੀ ਗਿਆਏ ਆ ਹੜ੍ਹ ਉੜ ਗਿਆਏ ਆ ਉਦੋਂ ਇੱਥੇ ਬਹੁਤ ਨੁਕਸਾਨ ਹੋਇਆ ਪਰਲੀ ਸਾਈਡ ਵਾਲੀ ਸੜਕ 'ਤੇ ਇੱਕ ਬੰਨੇ ਟੁੱਟੀ ਹੋਈ ਆ ਸਾਰੀ ਹੁਣ ਦੁਬਾਰਾ ਬਣੂਗੀ ਅਤੇ ਆਹ ਤਾਂ ਹੀ ਇੱਧਰੋਂ ਰੋਣ ਸਾਈਡ ਤੋਂ ਕੱਢੀ ਹੋਈ ਸੀ ਸਾਰੀ ਟੁੱਟੀ ਆ ਅਤੇ ਮੀਂਹ ਦੇਖੋ ਕਿੰਨਾ ਜ਼ਿਆਦਾ ਤੇਜ਼ ਆ ਲਓ ਜੀ ਆ ਗਿਆ ਜੀ ਪਤੜਾ ਸ਼ਹਿਰ ਇਹ ਦੂਸਰਾ ਦਿੱਲੀ ਆ ਗੱਡੀਆਂ ਦਾ ਇਹ ਪੰਜਾਬ ਦਾ ਦਿੱਲੀ ਲਾ ਲਓ ਤੁਸੀਂ ਵੀ ਇੰਨਾ ਤਗੜਾ ਕਾਰ ਬਾਜ਼ਾਰ ਹੈ ਨਾ ਇੱਥੇ ਪਤੜਾ ਬਹੁਤ ਤਗੜਾ ਆ ਪਿੱਛੇ ਜੇ ਰਹਿ ਗਿਆ ਥੋੜ੍ਹਾ ਜਿਹਾ ਹਟ ਕੇ ਆ ਬਾਈਪਾਸ ਉੱਤੇ ਜਿਹੜਾ ਬਾਈਪਾਸ ਆ ਇੱਧਰੋਂ ਆਈਏ ਸਮਾਣੇ ਵੱਲੋਂ ਅਤੇ ਜਦੋਂ ਢੁਆਣੇ ਵੱਲੋਂ ਜਾਣਾ ਹੋਵੇ ਤਾਂ ਫਿਰ ਬਾਈਪਾਸ ਬਹੁਤ ਤਗੜਾ ਕਾਰ ਬਾਜ਼ਾਰ ਹੁੰਦਾ ਪਾਤੜਾ ਹੁੰਦਾ ਦਿੱਲੀ ਆ ਜੀ ਪੰਜਾਬ ਦਾ ਇਹ ਕਾਰ ਬਾਜ਼ਾਰ ਦੇ ਮਾਮਲੇ 'ਚ ਆ ਗਿਆ ਜੀ ਸਮਾਣਾ ਸ਼ਹਿਰ ਪਟਿਆਲੇ ਤੋਂ 25 ਕਿਲੋਮੀਟਰ ਪਿੱਛੇ ਸਮਾਣਾ ਸ਼ਹਿਰ ਹੈ ਅਤੇ ਆਹ ਜਿਹੜਾ ਪੈਟਰੋਲ ਪੰਪ ਹੈ ਨਾ ਆਹ ਵਾਲਾ ਇੱਕ ਆਹ ਵਾਲਾ ਅਤੇ ਇੱਕ ਇਸ ਸਾਈਡ ਆ ਉਹ ਹੋਰਨਾ ਤੁਹਾਨੂੰ ਅੱਗੇ ਜਾ ਕੇ ਇਹ ਦੋਵੇਂ ਹਰਿਆਣੇ ਦੇ ਪੈਟਰੋਲ ਪੰਪ ਆ ਹਰਿਆਣੇ ਦਾ ਰੇਟ ਮਿਲਦਾ ਇੱਥੇ ਇਹਨਾਂ ਦੋਵਾਂ ਪੈਟਰੋਲ ਪੰਪਾਂ 'ਤੇ ਪੈਟਰੋਲ ਦਾ ਅਤੇ ਡੀਜ਼ਲ ਦਾ ਦੋਨਾਂ ਦਾ ਇਹ ਹਰਿਆਣੇ 'ਚ ਹੁੰਦੇ ਆ ਦੋਵੇਂ ਪੈਟਰੋਲ ਪੰਪ ਇਹ ਬੜੀ ਯੂਨੀਕ ਚੀਜ਼ ਆ ਸਮਾਣਾ ਸਾਰਾ ਪੰਜਾਬ 'ਚ ਆ ਅਤੇ ਆਹ ਇੱਕ ਆਹ ਵਾਲਾ ਆਹ ਵਾਲਾ ਅਤੇ ਇੱਕ ਆਹ ਵਾਲਾ ਆਹ ਵਾਲਾ
ਪੈਟਰੋਲ ਪੰਪ ਵਾਲੇ ਸਾਰੇ ਆਪਾਂ ਨੂੰ ਜਾਣਦੇ ਆ, ਮੈਂ ਜ਼ਿਆਦਾਤਰ ਇੱਥੋਂ ਹੀ ਪਾਉਂਦਾ ਤੇਲ। ਉਹਦਾ ਮੈਂ ਸੁਣਿਆ ਵੀ ਉਹ ਥੋੜ੍ਹਾ ਖਰਾਬ ਕਰਦੇ ਆ, ਗੜਬੜੀ ਕਰਦੇ ਆ ਦੂਜੇ ਵਾਲੇ, ਤਾਂ ਕਰਕੇ ਇੱਧਰ ਵਾਲੇ ਕੋਈ ਪਾਏਗਾ ਅਤੇ ਸਾਰੇ ਜਾਣਦੇ ਹੀ ਆਪਾਂ ਨੂੰ। ਪਰ ਅੱਜ ਮੈਂ ਤਾਂ ਨਹੀਂ ਪਵਾਇਆ ਵੀ ਕੱਲ੍ਹ ਨੂੰ ਉੱਥੋਂ ਪਵਾ ਗਿਆ ਇਸ ਪਿੰਡੋਂ ਪਵਾ ਕੇ ਤੁਰੇ ਹਾਂ, ਤਾਂ ਕਰਕੇ ਕਿਉਂ ਹਰਿਆਣੇ 'ਚ ਪੈਟਰੋਲ ਸਸਤਾ ਅਤੇ ਡੀਜ਼ਲ ਮਹਿੰਗਾ, ਅਤੇ ਪੰਜਾਬ 'ਚ ਪੈਟਰੋਲ ਮਹਿੰਗਾ ਅਤੇ ਡੀਜ਼ਲ ਸਸਤਾ ਆ ਹਰਿਆਣੇ ਨਾਲੋਂ। ਇੱਦਾਂ ਦੋਹਰਾ ਜਿਹਾ ਸਿਸਟਮ ਆ। ਇਹ ਤੁਹਾਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣੀ ਸੀ ਵੀ ਜੇ ਕੋਈ ਵੀ ਕੰਮ ਨੂੰ ਹਰਿਆਣੇ ਹਰੂਣੇ ਵੱਲ ਨੂੰ ਆਉਂਦਾ ਆ ਹਰਿਆਣੇ 'ਚ, ਹੋਣਾ ਕਿਸੇ ਨੇ ਵੀ ਇੱਥੇ ਸਮਾਨ ਹੀ ਆਉਣਾ ਜਿੱਥੇ ਹਰਿਆਣੇ ਪੈਟਰੋਲ ਗੱਡੀ ਵਾਲੇ ਇੱਥੋਂ ਤੇਲ ਪਾ ਸਕਦੇ ਆ, ਕਿਉਂਕਿ ਇਹਨਾਂ ਦਾ ਪੈਟਰੋਲ ਦਾ ਰੇਟ ਹਰਿਆਣੇ ਵਾਲਾ ਅਤੇ ਡੀਜ਼ਲ ਵਾਲਾ ਵੀ ਰੇਟ ਹਰਿਆਣੇ ਵਾਲਾ, ਹਰਿਆਣੇ ਦੇ ਪੈਟਰੋਲ ਪੰਪ ਆਏ ਤਾਂ ਕਰਕੇ। ਚਲੋ ਮਿਲਦੇ ਹੁਣ ਤੁਹਾਨੂੰ ਅੱਗੇ ਜਾ ਕੇ। ਆਹ ਜਿਹੜਾ ਜਿਹੜਾ ਰਾਹ ਹੈ ਨਾ, ਮਤਲਬ ਸਮਾਣੇ ਤੋਂ ਪਟਿਆਲੇ ਵਾਲਾ, ਇਹ ਵਾਲਾ ਮੈਨੂੰ ਬਹੁਤ ਕਹਿਣ ਲੱਗਦਾ ਕਿਉਂਕਿ ਸਾਰੇ ਪਾਸੇ ਗਰੀਨਰੀ ਹੈ ਇਹ ਸਾਰੀ, ਅਤੇ ਮੈਨੂੰ ਬਹੁਤ ਕਹਿਣ ਲੱਗਦਾ ਆਹ ਵਾਲਾ ਰਸਤਾ ਲੱਗਦਾ ਹੈ। ਤੁਹਾਨੂੰ ਕਿੰਨੀ ਕੁ ਪਸੰਦ ਆ ਨੇਚਰ ਕਮੈਂਟ ਕਰਕੇ ਜ਼ਰੂਰ ਦੱਸਿਓ ਹੈ ਨਾ। ਬਾਕੀ ਗਲਾ ਗਲੇ ਨੇ ਐਨ ਸਿਸਟਮ ਬਿਠਾਇਆ ਪਿਆ, ਪੱਠਾ ਬਿਠਾਇਆ ਪਿਆ ਮੇਰਾ, ਤਾਂ ਐਨਰਜੀ ਵੀ ਥੋੜ੍ਹੀ ਜਿਹੀ ਲੋਅ ਲੱਗੀ ਜਾਂਦੀ ਆ। ਬਸ ਚਲੋ ਮਿਲਦੇ ਹਾਂ ਤੁਹਾਨੂੰ ਅੱਗੇ ਜਾ ਕੇ। ਨਜ਼ਾਰਾ ਕਿੰਨਾ ਸੋਹਣਾ ਲੱਗਣ ਦਿਆ ਆ, ਮੌਸਮ ਸੋਹਣਾ ਆ ਜਾਂਦਾ, ਫਸਲਾਂ ਕਿੰਨੀਆਂ ਸੋਹਣੀਆਂ ਲੱਗਣ ਦੀਆਂ। ਰੱਬ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖੀਏ, ਫਸਲਾਂ ਵਧੀਆ ਖਲੋਤੀਆਂ ਨੇ ਜ਼ਿਆਦਾ। ਹਾਂ ਬਾਕੀ ਸਿਨਮੈਟਿਕ ਸ਼ੋਟ ਤੁਸੀਂ ਇੰਜੋਏ ਕਰ ਹੀ ਲਿਆ ਹੋਣਾ ਆ, ਪਤਾ ਨਹੀਂ ਹੁਣ ਆਪਣੇ ਵੱਲੋਂ ਤਾਂ ਸਿਨਮੈਟਿਕ ਹੀ ਬਣਿਆ ਕਿ ਨਹੀਂ ਬਣਿਆ। ਵਾਹ ਜੀ ਵਾਹ, ਕਿਆ ਬਾਤ ਹੈ, ਕਿੰਨਾ ਸੋਹਣਾ ਲੱਗਣ ਦਿਆ। ਉਹ ਜਿਹੜਾ ਬੜਾ ਹੈ ਨਾ ਫਸਲਾਂ ਦਾ, ਇਹ ਜੰਗਲ ਹੈ ਜੀ ਪਟਿਆਲੇ ਦਾ, ਇੱਥੇ ਹੀ ਆ ਸਾਰੇ ਜਾਨਵਰ ਜਾਨਵਰ ਜਿਹੜੇ ਸ਼ੇਰ ਸ਼ੂਰ ਹੁੰਦੇ ਆ, ਲੇਕਿਨ ਇੱਥੇ ਸਾਰਾ ਕੁਛ ਮਿਲਦਾ ਤੁਹਾਨੂੰ ਜੇ ਕਿਸੇ ਨੇ ਵੇਖਣਾ ਹੋਵੇ ਪਟਿਆਲੇ ਸ਼ਹਿਰ ਆ ਜੰਗਲ ਖਿੱਚ ਆ ਜਾਓ, ਇੱਥੇ ਸਾਰਾ ਕੁਛ ਵੇਖ ਦੂੰਗਾ। ਬਹੁਤ ਸੋਹਣਾ ਲੱਗਣ ਦਿਆ, ਭੁੱਲੇ 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 ਸਵਾਦ ਆ ਗਿਆ ਇੱਥੋਂ ਦਾ ਯਾਰ ਗੱਡੀ ਚਲਾਉਣ ਦਾ। ਅਤੇ ਇੱਕ ਆ ਬਾਈਪਾਸ, ਇਹ ਦੁਨੀਆ ਦਾ ਸਭ ਤੋਂ ਲੰਬਾ ਬਾਈਪਾਸ ਲੱਗਦਾ ਹੈ ਮੈਨੂੰ, ਬਹੁਤ ਲੰਬਾ ਬਾਈਪਾਸ ਹੈ, ਘੱਟੋ ਘੱਟ ਵੀ ਮੈਨੂੰ ਲੱਗਦਾ 10 ਕਿਲੋਮੀਟਰ ਲੰਬਾ ਬਾਈਪਾਸ ਹੋਊਗਾ, ਹਜੇ ਬਾਈਪਾਸ ਹੀ ਚੱਲਣ ਦਿਆ ਆ। ਅਤੇ ਮੈਨੂੰ ਲੱਗਦਾ ਆਪਾਂ ਕਿੰਨੇ ਵਜੇ ਪਹੁੰਚੇ ਸੀ ਬਾਈਪਾਸ 'ਤੇ, 10 ਮਿੰਟ ਹੋ ਗਏ ਆ ਸਾਨੂੰ ਬਾਈਪਾਸ 'ਤੇ ਚੱਲਦਿਆਂ ਨੂੰ, ਅਤੇ ਹਜੇ ਹਜੇ ਹੋਰ ਪਿਆ, ਮੈਨੂੰ ਲੱਗਦਾ 4-5 ਮਿੰਟ ਲੱਗ ਹੀ ਜਾਣੇ ਆ, 4-5 ਤਾਂ ਨਹੀਂ 3-4 ਮਿੰਟ ਤਾਂ ਲੱਗਣਗੇ। ਆਪਾਂ ਇਹ ਬਸ ਆਹ ਫਲਾਈ ਓਵਰ ਆ ਗਿਆ, ਫਿਰ ਅੱਗੇ ਹੁਣ ਤੁਹਾਨੂੰ ਅੱਗੇ ਜਾਣਗੇ। ਸ਼ੁਕਰ ਆ ਰੱਬ ਦਾ ਹੁਣ ਜਾ ਕੇ ਖਤਮ ਹੋਇਆ ਬਾਈਪਾਸ, ਹੋਰ ਆ ਥੱਲੇ ਥੱਲੇ ਸ਼ਹਿਰ ਚੱਲਣ ਦਿਆਂ, ਜਾਂਦੇ ਅੱਗੇ ਆਊਗੀ ਪੰਜਾਬੀ ਯੂਨੀਵਰਸਿਟੀ ਹੁਣ। ਚਲੋ ਵਿਖਾਉਂਦੇ ਹਾਂ ਤੁਹਾਨੂੰ ਅੱਗੇ ਜਾ ਕੇ, ਜੇ ਯੂਨੀਵਰਸਿਟੀ ਨੂੰ ਜਾਣਾ ਤਾਂ ਇੱਧਰੋਂ ਥੱਲੇ ਨੂੰ ਜਾਣਾ ਪਊਗਾ ਤੁਹਾਨੂੰ। ਯੂਨੀਵਰਸਿਟੀ 'ਚ ਵੇਖੀ ਤਾਂ ਤੁਹਾਨੂੰ ਜ਼ਰੂਰ ਵਿਖਾਵਾਂਗੇ। ਬੱਲੇ ਬੱਲੇ ਬੜਾ ਭਜਾ ਮੋਟਰਸਾਈਕਲ ਆ ਰਿਹਾ ਜੀ ਪੰਜਾਬੀ ਯੂਨੀਵਰਸਿਟੀ, ਉਹ ਵੇਖੋ ਇਹ ਪੰਜਾਬੀ ਯੂਨੀਵਰਸਿਟੀ ਸੀ, ਇਹ ਥੱਲੇ ਜਾਣਾ ਪਊਗਾ। ਲਓ ਜੀ ਪਹੁੰਚ ਗਏ ਜ਼ੀਰਕਪੁਰ, ਉਹ ਜਿਹੜਾ ਸਾਹਮਣੇ ਫਲਾਈਓਵਰ ਦਿਖਦਾ ਤੁਹਾਨੂੰ ਇਹ ਆਹ ਵਾਲਾ, ਇਹ ਸਿੱਧਾ ਚਲਾ ਗਿਆ ਅੰਬਾਲੇ ਵੱਲ ਨੂੰ, ਇੱਧਰ ਚਲਾ ਗਿਆ ਸਿੱਧਾ ਚੰਡੀਗੜ੍ਹ ਵੱਲ ਨੂੰ। ਆਪਾਂ ਹੁਣ ਇੱਧਰ ਚੰਡੀਗੜ੍ਹ ਵੱਲ ਨੂੰ ਜਾਵਾਂਗੇ ਪਹਿਲਾਂ, ਫਿਰ ਚੰਡੀਗੜ੍ਹ ਰੋਡ 'ਤੇ ਪੈ ਕੇ ਅੱਗੇ ਜਾ ਕੇ ਫਿਰ ਸ਼ਿਮਲੇ ਵਾਲੇ ਰੋਡ 'ਤੇ ਚੜ੍ਹਨਾ ਆਪਾਂ ਹਾਈਵੇ 'ਤੇ ਜਿਹੜਾ ਪੰਚਕੂਲਾ ਜਾਂਦਾ ਆ, ਫਿਰ ਪੰਚਕੂਲੇ ਤੋਂ ਉੱਧਰ ਨੂੰ ਚੱਲ ਜਾਵਾਂਗੇ ਮਣੀ ਮਾਜਰਾ 13 ਸੈਕਟਰ। ਲਓ ਜੀ ਗਾਈਜ਼ ਪਹੁੰਚ ਗਏ ਮਣੀ ਮਾਜਰਾ 13 ਸੈਕਟਰ, ਇੱਥੇ ਆ ਹਾਈਬ੍ਰਿਡ ਕਸਟਮ ਆਹ ਵਾਲਾ ਆ ਬਨੀਤ ਢਾਬੇ ਤੋਂ ਅਗਲਾ, ਤੂੰ ਆ ਜਾ ਬੈਕ ਕਰ ਲਾ ਪਹਿਲਾਂ ਆ ਰਿਹਾ ਜੀ ਹਾਈਬ੍ਰਿਡ ਕਸਟਮ, ਇੰਨਾ ਕੁ ਜਾਣਾ ਆਪਾਂ, ਇਹ
ਬਾਈ ਦੇ ਆਫਿਸ ਬੈਠੇ ਵੇਟ ਕਰੀ ਜਾਂਦੇ ਹਾਂ ਬਾਈ ਦੀ, ਬਾਈ ਆਇਆ ਅਜੇ ਤੱਕ, ਆਇਆ ਨਹੀਂ, 15 ਮਿੰਟ ਹੋ ਗਿਆ ਆਇਆ ਨੂੰ, ਪਤਾ ਨਹੀਂ ਕਿੱਥੇ ਗਿਆ, ਫੋਨ ਵੀ ਸਵਿੱਚ ਔਫ ਆਈ ਜਾਂਦਾ ਜਿਹੜਾ ਮੇਰੇ ਕੋਲ ਨੰਬਰ ਆ, ਹੁਣ ਬੈਠੇ ਵੇਟ ਕਰਨੇ ਆ। ਆਹ ਵੇਖੋ ਕੌਫੀ ਆਈ ਹੈ ਸਾਡੇ ਵਾਸਤੇ, ਬਹੁਤ ਘੈਂਟ ਆਏ ਹੋਏ, ਸਵਾਦ ਆ ਜੂਗਾ ਅੱਜ ਤਾਂ ਪੀਣ ਦਾ। ਗਾਈਸ ਕੌਫੀ ਆਪਾਂ ਪੀ ਲਈ ਹੈ ਅਤੇ ਬਾਈ ਨਾਲ ਆਪਣੀ ਗੱਲ ਹੋ ਗਈ ਆ, ਆ ਰਹੇ ਆ 5 ਮਿੰਟ 'ਚ। ਫੋਨ ਉਹਨਾਂ ਦਾ ਡੈਡ ਹੋ ਗਿਆ ਸੀ, ਫੋਨ ਚਾਰਜ ਨਾ ਆਉਣ ਕਰਕੇ ਹੁਣੇ ਬਸ 5 ਮਿੰਟ 'ਚ ਆ ਰਹੇ ਆ, ਜੇ ਪੋਸੀਬਲ ਆਏ ਤਾਂ ਤੁਹਾਨੂੰ ਵੀ ਬੁਲਾਵਾਂਗੇ। ਚਲੋ ਓਕੇ ਜੀ। ਹਾਂਜੀ ਗਾਈਸ, ਜਿੱਦਾਂ ਕਿ ਤੁਸੀਂ ਵੇਖਿਆ ਅੱਜ ਦਾ ਵਲੋਗ ਬਹੁਤ ਇੰਟਰਸਟਿੰਗ ਸੀ ਜਾਂ ਮੈਨੂੰ ਲੱਗਦਾ ਆ, ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗਾ। ਹੋਪ ਕਰਦਾ ਤੁਸੀਂ ਇੰਜੋਏ ਕੀਤਾ ਹੋਊਗਾ ਹੈ ਨਾ ਆਪਣੇ ਭਰਾ ਦੇ ਵਲੋਗ ਨੂੰ। ਅਤੇ ਚਲੋ ਮਿਲਦੇ ਹੁਣ ਤੁਹਾਨੂੰ ਅਗਲੇ ਨਵੇਂ ਵਲੋਗ ਵਿੱਚ। ਵੈਸੇ ਜਿਹੜਾ ਅੱਜ ਵਾਲਾ ਵਲੋਗ ਆ ਉਹ 2 ਪਾਰਟਸ ਵਿੱਚ ਆਊਗਾ, ਕਿਉਂਕਿ ਵੱਡਾ ਬਹੁਤ ਜ਼ਿਆਦਾ ਬਣ ਗਿਆ, ਇਸ ਕਰਕੇ 2 ਪਾਰਟਸ ਵਿੱਚ ਆਊਗਾ। ਚਲੋ ਮਿਲਦੇ ਹਾਂ ਅਗਲੇ ਨਵੇਂ ਵਲੋਗ 'ਚ। ਥੈਂਕ ਯੂ ਸੋ ਮੱਚ ਫੋਰ ਵਾਚਿੰਗ ਗਾਈਜ਼, ਥੈਂਕ ਯੂ।